ਚੈਨਲ ਜਿਹਦਾ ਨਾਮ ਹੈ ਖਾਪਾ ਹਰਮਨ ਵਲੌਗ ਤੇ ਤੁਸੀਂ ਪਿੱਛੇ ਵੇਖ ਸਕਦੇ ਹੋ। ਵੇਖੋ ਸ਼ੁਰੂਆਤ ਅੱਜ ਇੱਥੋਂ ਕਰ ਲਗੇ ਚਲੋ ਕੀ ਹੋਇਆ ਓ ਡਿੱਗ ਗਿਆ ਵਾ ਤੇ ਮੈਨੂੰ ਲੱਗਿਆ ਕਿ ਲੜਿਆ ਵਾ ਚੱਲ ਖੜਾ ਹੋ ਇਹ ਬੈਡ ਨੂੰ ਮਾਰ ਗਿਆ ਆ ਵੱਜ ਜਾ ਇਹ ਹੱਪ ਹੱਪ ਸਾਡੇ ਬਾਹਰ ਨੂੰ ਕਿਉਂ ਮਾਰਿਆ ਚੱਲ ਖੜਾ ਹੋ ਵੇ ਤੈਨੂੰ ਸਾਰੇ ਵੇਖਦੇ ਵਲੌਗ ਚ ਕਹਿ ਹੈਲੋ ਗਾਇਸ ਚੱਲ ਥਾਪੀ ਮਾਰ ਕੇ ਦੱਸ ਹਾਂ ਲੈ ਕੇ ਦੇਣੀ ਪਹਿਲਾਂ ਥਾਪੀ ਮਾਰ ਕੇ ਰੁਕ ਜਾ ਫੇਰ ਫੇਰ ਸਿੱਧੂ ਮੂਸੇਵਾਲਾ ਬਾਜੀ ਬਾਹਰ ਗਰਮੀ ਵੇ ਚਾਚੀ ਅੱਜ ਇਹ ਦਿਆ ਕਰਨ ਕਹਿੰਦਾ ਮੈਂ ਵੀ ਜਾਣਾ ਡੇਰੇ ਤੇ ਅੱਜ ਮਤਲਬ ਕਿ ਜਿੱਦਾਂ ਕਿ ਅੱਜ ਹੁਣ ਚੂੜੇ ਪੈਣੇ ਕੁੜੀਆਂ ਨੇ ਹੁਣ ਚੱਲਿਆ ਡੇਰੇ ਤੇ ਸਾਰੀ ਚਿੱਠੀ ਲੈ ਕੇ ਚੂੜੇ ਲੈ ਕੇ ਤੇ ਫਿਰ ਸ਼ਾਮ ਜੀ ਨੂੰ ਰਾਤ ਜੀ ਨੂੰ ਕੱਪੜੇ ਪੈਕ ਨਾਲੇ ਭਾਂਡੇ ਬਰਤਨ ਵਗੈਰਾ ਜੋ ਜੋ ਸਮਾਨ ਦੇਣਾ ਉਹਨਾਂ ਨੂੰ ਉਹ ਸਾਰਾ ਪੈਕ ਕਰਨਾ ਆ ਤੇ ਮੈਂ ਸਿੰਘ ਚੱਲੇ ਹਾਂ ਤੇ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ ਉਹ ਜ਼ਿਆਦਾ ਗਰਮੀ ਤੇ ਉੱਧਰ ਚੂੜੇ ਵਾਲੇ ਆ ਗਏ ਤੇ ਉਹ ਅਜੇ ਪਿੱਛੇ ਗੱਡੀ ਮੋੜਦੇ ਪਏ ਮੈਂ ਸਕੂਟੀ ਮੈਂ ਸਿਮਰਨ ਸਕੂਟੀ ਤੇ ਗਰਮੀ ਕੁੜੀ ਚੂੜੇ ਸਾਈ ਚਿੱਠੀਆਂ ਆ ਨਹੀਂ ਤੇ ਅਜੇ ਕਿੰਨੀ ਗਰਮੀ ਦੇ ਚਲੋ ਅੱਜ ਤਾਂ ਕੁਛ ਨਹੀਂ ਪਤਾ ਲੱਗਣਾ ਪਰ ਜਿਹੜੀ ਕੱਲ੍ਹ ਗਰਮੀ ਹੋਣੀ ਉਹ ਵੇਖੀ ਪਤਾ ਨਹੀਂ ਕੀ ਕਹਿੰਦੇ ਉਹ ਲੱਗ ਗਿਆ ਉੱਧਰ ਆ ਦੇਖ ਲਓ ਨਿਸ਼ਾਨ ਸਾਹਿਬ ਤੇ ਰੈਡੀ ਫਾਈਨਲੀ ਅਸੀਂ ਡੇਰੇ ਪਹੁੰਚ ਗਏ ਬਹੁਤ ਜ਼ਿਆਦਾ ਗਰਮੀ ਅਤੇ ਇੱਥੇ ਏਸੀ ਦੇ ਮੂਹਰੇ ਬੈਠੇ ਤੇ ਠੰਡ ਪੈ ਗਈ ਠੰਡ ਕਿਉਂਕਿ ਬਹੁਤ ਜ਼ਿਆਦਾ ਗਰਮੀ ਸੱਚੀ ਲੱਗਦੀ ਸੀ ਕੱਲ੍ਹ ਕੀ ਬਣੂਗਾ ਸਿੰਮੂ ਹੈ ਉੱਦਾਂ ਹੀ ਮੱਤ ਵੱਜ ਜਾਣੀ ਹੈ ਲੜਕੀਆਂ ਆ ਗਿਆ ਰੇ ਵਿਆਹ ਵਾਲੀਆਂ ਤੇ ਗਰਮੀ ਨੇ ਮੱਤ ਮਾਰੀ ਪੂਰੀ ਤੇ ਸਾਡੇ ਅੱਜ ਭਾਜੀ ਜੋ ਕਿ ਜੁੱਲ ਚਿਪਸਕਾ ਕੇ ਪੂਰੇ ਅੱਖਾਂ 'ਚ ਪਾਣੀ ਆ ਗਿਆ ਹਾਂਜੀ ਜੋ ਕਿ ਅੱਜ ਮੇਰੇ ਨਾਲ ਮੇਰੀ ਬੈਸਟ ਫਰੈਂਡ ਕਾਜਲ ਬੈਂਚ ਜੁੜ ਚੁੱਕੇ ਨੇ ਅਸੀਂ ਅਸੀਂ ਹੁਣ ਜਾਂਦੇ ਪਏ ਹਾਂ ਬਹੁਤ ਜ਼ਿਆਦਾ ਕੰਮ ਆ ਤੇ ਅਸੀਂ ਹੁਣ ਘਰ ਜਾ ਰਹੇ ਹਾਂ ਪੁਰਾਣੇ ਘਰ ਉਹ ਮਤਲਬ ਦਾਦੇ ਜੀ ਵਾਲੇ ਘਰ ਮੈਟ ਲੈਣ ਫਿਰ ਜਿਹੜੇ ਲੱਸੀ ਦੇ ਵਿੱਚ ਫੁੱਲ ਪਾਉਣੇ ਆ ਫੁੱਲ ਪਾਉਣੇ ਉਹ ਲੈਣ ਜਾ ਰਹੇ ਹਾਂ ਘਰ ਆਂਟੀ ਲੈਣ ਪਹਿਲਾਂ ਅਸੀਂ ਗੁਲਾਬ ਦੇ ਫੁੱਲ ਲਏ ਤੇ ਹੁਣ ਅਸੀਂ ਘਰ ਨਹੀਂ ਉਹ ਕਹਿੰਦੇ ਕੱਪੜੇ ਛੱਡੋ ਤੇ ਉਹ ਕਹਿੰਦੇ ਕਿ ਆਂਟੀ ਲੈ ਕੇ ਛੇਤੀ ਆ ਜਾਓ ਚਲੋ ਆਂਟੀ ਕੱਪੜੇ ਨਹੀਂ ਆਂਟੀ ਝੂੜੇ ਪੈ ਲੱਗੇ ਬਾਅਦ ਤੁਸੀਂ ਕਹਿਣਾ ਕਿ ਵਿਖਾਇਆ ਨੀ ਬੜੀ ਚੇਤੀ ਕਹਿੰਦੀ ਮੈਂ ਤੇਰੇ ਵਲੌਗ ਚ ਨਾ ਵਲੌਗ ਚ ਨਾ ਅੱਜ ਆ ਹੀ ਗਈ ਹਾਂ ਚਲੋ ਤੁਹਾਨੂੰ ਹੀ ਲੈਣ ਆਏ ਜੇ ਆਪਾਂ ਪਹਿਲਾਂ ਫੁੱਲ ਹੈ ਹੋਰ ਤੁਹਾਨੂੰ ਮੈਂ ਝੋਲੀ ਚ ਬਿਠਾ ਠੀਕ ਮਾਮੇ ਨੇ ਘਰ ਰਹਿਣਾ ਵਾ ਚਲੋ ਆਂਟੀ ਛੇਤੀ ਕਰੋ ਚੁੰਨੀ ਲੈ ਲਓ ਬਸ ਹਾਏ ਮਾਮੂ ਇਹ ਸਾਡੇ ਮਾਮਾ ਜੀ ਹਾਂ ਮਾਮਾ ਜੀ ਕੱਪੜੇ ਅੰਦਰ ਰੱਖ ਦਿਓ ਬਸ ਉੱਥੇ ਸੈਟ ਤੇ ਲੈ ਚਲੋ ਜੀ ਹੁਣ ਅਸੀਂ ਡੇਰੇ ਜਾ ਕੇ ਮਿਲਦੇ ਹਾਂ ਬੈਠੀ ਚਲਾ
ਚੂੜੇ ਪੈਣੇ ਸਟਾਰਟ ਹੋਣ ਚੱਲੇ ਹੁਣ ਪੈ ਗਏ ਬਾਕੀ ਨਾ ਅਜੇ ਇੱਕੋ ਪਿਆ ਸ਼ਾਇਦ ਇੱਕੋ ਹੀ ਪਿਆ ਨਾ ਉਹਨਾਂ ਨੇ ਪਿਆ ਸ਼ੁਰੂ ਬਾਕੀ ਟੈਂਸਰ ਆ ਗਏ ਲੇਟ ਹੋ ਚੱਲੇ ਸੀ ਸੇਵਾ ਕੀਤੀ ਸਰਦਾਰ ਆਪਣੇ ਜਸਵੀਰ ਸਿੰਘ ਜੀ ਅਫਗਾਨੀ ਸਿੰਘ ਹਰ ਵਾਰ ਉਹ ਕਰਦੇ ਨੇ ਵਿਆਹਾਂ ਦੇ ਵਿੱਚ ਦੋ ਸਿਰਫ ਇੰਗਲੈਂਡ ਦੀ ਬਹੁਤ ਵੱਡੀ ਸ਼ੌਪ ਹੈ ਅਮਨ ਜੂਲਰ ਹੈ ਸੋਗਰ ਰੋਡ ਦੇ ਵਿੱਚ ਦੁਕਾਨ ਆ ਬੜੀ ਉੱਥੇ ਸਾਰੀਆਂ ਆਸ਼ੀਰਵਾਦਾਂ ਗੁਰੂ ਸਾਹਿਬ ਜੀ ਦੀਆਂ ਨੇ ਇਹ ਬੱਚੀਆਂ ਧੀਆਂ ਜਿਹੜੀਆਂ ਨੇ ਆਪਣੇ ਘਰਾਂ 'ਚ ਇਹਨਾਂ ਨੇ ਕੱਲ੍ਹ ਨੂੰ ਜਾਣਾ ਅਸਲ ਜਿਹੜੇ ਘਰ ਨੇ ਇਹਨਾਂ ਨੇ ਕੱਲ੍ਹ ਨੂੰ ਜਾਣਾ ਉਹ ਆਓ ਸਾਡੇ ਪੱਖਰੀ ਕੋਲ ਖਾਲਸਾ ਦੀ ਸੰਗਤ ਆਈ ਹੈ ਸਰਦਾਰ ਪਿਆਰਾ ਸਿੰਘ ਜੀ ਜਿਹੜੇ ਸਮਾਜ ਸੇਵੀ ਨੇ ਬੜੀ ਕਿਰਪਾ ਉਹਨਾਂ ਦੀ ਉਹਨਾਂ ਦੇ ਸਾਰੀਆਂ ਧੀਆਂ ਇੱਕ ਬਜਟ ਕਰਦੀਆਂ ਨੇ ਜਿੰਨੇ ਵੀ ਗੁਰੂ ਜੀ ਦੇ ਬੱਚੇ ਦੇ ਰੰਗਰੇਟੇ ਕੇ ਬਾਕੀ ਬੋਲੋ ਰੰਗਰੇਟੇ ਇਹ ਕਹਿੰਦੇ ਕਿ ਅਸੀਂ ਹਸਾਈ ਨਹੀਂ ਬਣਾਂਗੇ ਅਸੀਂ ਗੁਰੂ ਕੇ ਬੇਟੀਆਂ ਹੀ ਰਹਾਂਗੇ ਅਸੀਂ ਆਪਣਾ ਧਰਮ ਨਹੀਂ ਚੇਂਜ ਕਰਾਂਗੇ ਜਿਹੜੇ ਧਰਮ ਚੇਂਜ ਕਰਾਉਂਦੇ ਨੇ ਉਹ ਸੁਚੇਤ ਹੋ ਜਾਣਗੇ ਅਸੀਂ ਦੀਵਾਨ ਚੱਲਣੇ ਨੇ ਅਤੇ ਸਤਿਗੁਰੂ ਜੀ ਕਿਰਪਾ ਕਰਨ ਬਾਬਾ ਨਾਨਕ ਜੀ ਆਪਣੇ ਗੁਰ ਅਸਥਾਨ ਆਪ ਬਣਾਉਣ ਆਪਣੇ ਦਰਬਾਰਾਂ ਦੀਆਂ ਸੇਵਾਵਾਂ ਆਪਣੇ ਲੰਗਰਾਂ ਦੀਆਂ ਆਪਣੇ ਸਰਾਵਾਂ ਦੀਆਂ ਸੇਵਾਵਾਂ ਆਪ ਲੈਣ ਬਾਬਾ ਨਾਨਕ ਜੀ ਸਭ ਕਾਰਜ ਦੀ ਕਿਰਪਾ ਦੇ ਨਾਲ ਹੋਣੇ ਨੇ ਜੋ ਬਹੁਤ ਚੜ੍ਹਦੀ ਕਲਾ ਦੇ ਨਾਲ ਸਾਡਾ ਸਹਿਜੋਗੀ ਅਕਾਲ ਚੈਨਲ ਅਕਾਲ ਐਡ ਜਿਹਦਾ ਸਾਡਾ ਸਾਥ ਦਿੰਦਾ ਹੈ ਅਤੇ ਗੁਰੂ ਸਾਹਿਬ ਜੀ ਕਿਰਪਾ ਨਾਲ ਤਜਿੰਦਰ ਸਿੰਘ ਜੀ ਰਵੀ ਸਿੰਘ ਰਵੀ ਜੀ ਔਰ ਦਿਲਜੀਤ ਸਿੰਘ ਜੀ ਸਰਦਾਰ ਅਮਰੀਤ ਸਿੰਘ ਚੈਨਲ ਦੇ ਯੂਕੇ ਦੀਆਂ ਸੰਗਤਾਂ ਯੂਰਪ ਦੀਆਂ ਸੰਗਤਾਂ ਅਮੈਰੀਕਾ ਦੀਆਂ ਸੰਗਤਾਂ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਗੁਰੂ ਕਿਰਪਾ ਕਰੇ ਗੁਰੂ ਬਖਸ਼ ਕਰੇ ਅੱਜ ਵੱਜ ਕੇ ਬਣਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਮਾਤਾ ਕੋ ਆਈ ਹੈ
ਬੇਬੇ ਜੀ ਕਿੱਥੇ ਗਏ ਨੇ? ਆਹ ਬੇਬੇ ਇਹ ਸੰਗਰੂਰ ਤੋਂ ਆਏ ਨੇ, ਖਾਲਸਾ ਭੇਜ ਦੇ ਬੇਬੇ ਆ ਜਾ ਬੇਬੇ ਜੀ ਪਾਓ ਬੇਬੇ ਜੀ ਪਾਓ ਚੂੜੇ ਵਾਹਿਗੁਰੂ ਜੀ ਚੂੜੇ ਪਾਓ ਚੂੜੇ ਚੂੜੇ ਪੈ ਗਏ ਤੇ ਹੁਣ ਢਾਡੀ ਜੱਥਾ ਆ ਕੀਰਤਨ ਕਰਨ ਲੱਗਿਆ ਤੇ ਉੱਧਰ ਪ੍ਰਸ਼ਾਦਾ ਪਾਣੀ ਤਿਆਰ ਹੋਣ ਦਿਆ ਤੇ ਕਾਜਲ ਮਾੜਾ ਜਿਹਾ ਆਪਣੇ ਘਰ ਗਈ ਹੈ ਤੇ ਕੱਪੜੇ ਲੈਣ ਗਈ ਕਿ ਮੇਕੋ ਸ਼ਾਇਦ ਰਹੇ ਪਤਾ ਨਹੀਂ ਹੁਣ ਕੀ ਲੈਣ ਗਈ ਕੱਪੜੇ ਲੈਣ ਗਈ ਤੇ ਮੱਥਾ ਟੇਕਣ ਗਈ ਹੈ ਕਾਨ ਸਾਹਿਬ ਮੱਥਾ ਟੇਕਣ ਗਈ ਤੇ ਫਿਰ ਜਦੋਂ ਆਏਗੀ ਫਿਰ ਕੈਰੀ ਕਰਾਂਗੇ ਵਲੌਗ ਅਤੇ ਨਾਲੇ ਨਾ ਇੱਕ ਕੁੜੀ ਸੀ ਉਹਨੇ ਮਹਿੰਦੀ ਨਹੀਂ ਲਵਾਈ ਅਤੇ ਆਪਾਂ ਜਦੋਂ ਉਹਨੂੰ ਪੁੱਛਿਆ ਮੈਂ ਕਲਿੱਪ ਵੀ ਚੈੱਕ ਕਰਾਂਗੀ ਥੋੜ੍ਹਾ ਜਿਹਾ ਬਣਾਇਆ ਸੀ ਅਤੇ ਆਪਾਂ ਜਦੋਂ ਉਹਨੂੰ ਪੁੱਛਿਆ ਕਿ ਕਿਉਂ ਰੋਂਦੀ ਪਈ ਰੋਈ ਜਾਵੇ ਰੋਈ ਜਾਵੇ ਅਤੇ ਉਹਦੀ ਸਿਸਟਰ ਸੀ ਉਹਦੀ ਡੈਥ ਹੋ ਗਈ ਸੀ ਅਤੇ ਇਸ ਕਰਕੇ ਉਹ ਰੋਂਦੀ ਪਈ ਸੀ ਬਹੁਤ ਜ਼ਿਆਦਾ ਸਾਰੇ ਰੋ ਲੱਗ ਪਏ ਅਤੇ ਇਸ ਕਰਕੇ ਪੂਰਾ ਨਹੀਂ ਚੂੜਿਆਂ ਵਾਲਾ ਵਲੌਗ ਬਣਾਇਆ ਗਿਆ ਮਾਫ਼ ਕਰਿਓ ਅਤੇ ਬਾਅਦ 'ਚੋਂ ਅਸੀਂ ਠਹਿਰ ਕੇ ਜੀ ਕੱਪੜੇ ਪੈਕ ਕਰਾਂਗੇ ਫਿਰ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਅਤੇ ਕੱਲ੍ਹ ਦੇ ਵਲੌਗ ਨੂੰ ਵੀ ਤੁਹਾਨੂੰ ਦਿਖਾਵਾਂਗੇ ਅਤੇ ਸਾਡੇ ਵਲੌਗ ਨਾਲ ਜੁੜੇ ਕਾਜਲ ਭੈਣ ਜੀ ਆ ਗਏ ਅਤੇ ਕਾਜਲ ਭੈਣ ਜੀ ਨਾ ਹੁਣ ਬੇਲਕੁੜੀ ਨੂੰ ਮਾਤ ਦਿੰਦੇ ਉੱਧਰ ਵਾਲੇ ਅੰਕਲ ਡੇਰੇ ਦੇ ਸਾਹਮਣੇ ਆਪਾਂ ਖੜ੍ਹੇ ਹਾਂ ਅਤੇ ਮੈਂ ਚਾਟ ਬਣਵਾਉਣੀ ਆ ਅਤੇ ਇਹ ਭੈਣ ਜੀ ਬੇਲਕੁੜੀ ਖਾਂਦੇ ਨੇ ਅਤੇ ਅੰਕਲ ਚਾਟ ਸਰੀਰ ਦਾ ਮਾਣ ਕਰਦਾ ਸੀ ਕਿ ਮੇਰੇ ਵਰਗਾ ਹੈ ਹੀ ਕੋਈ ਨਹੀਂ ਦੁਨੀਆਂ ਦੇ ਉੱਪਰ ਕਹਿੰਦੇ ਸਰੀਰ ਨੂੰ ਕਰਮਾਂ ਦੀ ਮਾਰ ਪੈ ਗਈ ਸਰੀਰ ਤੇ ਕੋਲ ਹੋ ਗਿਆ ਤੋ ਸਤਨਾਮ ਸਵੇਰ ਦੀਆਂ ਤਿਆਰੀਆਂ ਹੋਣਗੀਆਂ ਤੇ ਉਧਰ ਕੀਰਤਨ ਹੁੰਦਾ ਪਿਆ ਸਾਰੇ ਆਪਣੇ ਆਪਣੇ ਕੰਮ ਬਿਜ਼ੀ ਨੇ ਸਾਡੇ ਮਨਜਿੰਦਰ ਭਾਜੀ ਆ ਗਏ ਨੇ ਹਾਏ ਮਨਜਿੰਦਰ ਭਾਜੀ ਤੇ ਇੱਥੇ ਪ੍ਰਸ਼ਾਦਾ ਪਾਣੀ ਭਾਜੀ ਵਗੈਰਾ ਸਾਰਾ ਕੁਛ ਨਿਕਲ ਅੰਦਰ ਤੇ ਸਾਡੇ ਗੁੱਗੀ ਭਾਜੀ ਇਹ ਨਾ ਗਗਨ ਭਾਜੀ ਸਾਰੇ ਹਾਜ਼ਰ ਹੋ ਗਏ ਨੇ ਤੇ ਕਿੱਦਾਂ ਦਾ ਲੱਗ ਰਿਹਾ ਅੱਜ ਆਣ ਕੇ ਬਹੁਤ ਲੇਟ ਆਏ ਨੇ ਇਹ ਸਾਡੇ ਪਿਛਲੇ ਵਲੌਗ ਚ ਵੀ ਤੁਸੀਂ ਵੇਖਣਾ ਹੈਲੋ ਹਾਏ ਹਾਏ ਹੈਂਡਸਮ ਇਧਰ ਇਹ ਸਾਡੇ ਚੰਨੇ ਭਾਜੀ ਅਸੀਂ ਟਾਈਮ ਤੇ ਆਉਣਾ ਨਾ ਲੰਗਰ ਪਾਣੀ ਬਣ ਜਾਂਦਾ ਹੁਣ ਲੰਗਰ ਪਾਣੀ ਬਣਦਾ ਕਿ ਅਸੀਂ ਆ ਗਏ ਕਿੰਨੇ ਚਲਾਕ ਆ ਹੰਨੇ ਕਮਲੀ ਆਪਣਾ ਘਰ ਵੇਖ ਆਈ ਹਾਂ ਸਾਨੂੰ ਕੋਈ ਵਧੀਆ ਲੈਣਾ ਤਾਂ ਪਾਣੀ ਤੇ 10 ਵਜ ਗਏ ਤੇ ਹਜੇ ਤੱਕ ਨਹੀਂ ਬਣਦੇ ਤੇ ਬਸ ਉੱਥੇ ਜਾ ਕੇ ਬਹਿ ਜਾਓ ਹਾਂ ਇਹਨਾਂ ਦੇ ਵੀ ਸਕੀਮ ਲਾਉਣੀ ਹੈ ਕੀ ਕੀ ਹਾਂ ਯਾ 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 ਹੁਣੇ ਲਾਈਏ ਜਾਓ ਉੱਥੇ ਪਿਆ ਮੈਂ ਫੜ ਕੇ ਲਿਆਓ ਆ ਗਗਨ ਭਾਜੀ ਵਾਸਤੇ ਗਿਫਟ ਲਿਆਂਦਾ ਸੀ ਥੋੜਾ ਜਿਹਾ ਇਹਨੂੰ ਇਹ ਬਹੁਤ ਵਧੀਆ ਚੀਜ਼ ਆ ਡੈਡੀ ਲੈ ਕੇ ਆਏ ਚਿਪਸ ਲੈ ਕੇ ਆਏ ਇਹਨੂੰ ਬਸ ਮਾੜਾ ਜਿਹਾ ਖਾਣਾ ਠੀਕ ਹੈ ਰੁਕ ਜਾ ਨਾ
ਇੱਦਾਂ ਲਾਇਓ ਰੁਕ ਜਾ ਯਾਰ ਫੜ ਇੱਦਾਂ ਲਾ ਦੇ ਖਾ ਕੇ ਵੇਖੀ ਦਾ ਇਹਦਾ ਵਾ ਖਾ ਖਾ ਬਹੁਤ ਵਧੀਆ ਟੇਸਟ ਆ ਖਾ ਨਾ ਦੇ ਸਾਹਮਣੇ ਖਾ ਨਹੀਂ ਤੂੰ ਇਹਨੂੰ ਬਾਕੀ ਰੱਖ ਹੈ ਮਨਿੰਦਰ ਨੂੰ ਵੀ ਦਿੰਦੇ ਆ ਪਹਿਲਾਂ ਨਹੀਂ ਨਹੀਂ ਹਜੇ ਰੁਕ ਜਾ ਪਹਿਲਾਂ ਤੂੰ ਖਾ ਪਹਿਲਾਂ ਤੇਰਾ ਰਿਐਕਸ਼ਨ ਵਗੈਰਾ ਛੇਤੀ ਖਾ ਛੇਤੀ 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 ਖਾ ਯਾਰ ਆਹ ਵੇਖ ਤੇਰੇ ਮੂੰਹ ਚ ਅੜ ਮੂੰਹ ਚ ਪਾ ਯਾਰ ਜੇ ਏਦਾਂ ਕੀਤਾ ਨਾ ਡਿੱਗ ਪਿਆ ਕਿਤੇ ਆਹ ਵੇਲਾ ਨੂੰ ਸੋੜਤਾ ਈ ਸਾਰੇ ਜਾਣੇ ਕੱਪੜੇ ਤੂੰ ਉਹ ਕਰ ਕੀ ਦੇ ਕਰਨੀ ਇੱਥੇ ਪੈਕ ਕਰ ਤੂੰ ਬਾਕੀ ਇਹ ਕਰ ਦੇ ਇਹ ਸਾਡਾ ਅੱਗਾ ਵਲੌਗ ਇੱਥੇ ਐਂਡ ਕਰਨੇ ਆ ਹਾਂ ਤੂੰ ਆ ਸਿਰ ਤੇ ਆਪੀ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਓ ਆਪ ਕਾ ਬਣਾਣਾ ਹੈ ਨਾ ਸੈੱਟ ਮੇਰਾ ਪੁੱਤ ਤੂੰ